Subscribe to our YouTube channel News DNN by clicking the bell icon. Don't forget to like, comment and share. You are watching News DNN. For latest national and international news updates, log on to newsdnntv.com or download our application News DNN from Google Play Store. ਇਸ ਤਰ੍ਹਾਂ ਦੀ ਸਪਾਈਸ ਹੋ ਗਏ ਸਵਾ ਕੇ ਚਾਰ ਵੀ ਹੁੰਦੇ ਨੇ ਕਾਫੀ ਤੇ ਜਦੋਂ ਛੱਡ ਚੁੱਕਿਆ ਤੇ ਮੇਰੇ 5 ਮਿੰਟ ਬਾਅਦ ਦੋ ਤਿੰਨ ਜਿਹੜੇ ਆ ਗਏ ਅੰਦਰ ਮੋਟਰਸਾਈਕਲ ਪਰ ਲੀ ਉਹ ਜਿੰਨਾਂ ਨੂੰ ਗੱਲ ਕਰੀ ਤਾਂ ਜੋ ਹੁੰਦੇ ਉਹਨਾਂ ਨੇ ਨਾ ਫਾਈਲ ਕੱਢਣੀ ਚਾਲੂ ਕਰਦੇ ਮੈਨੂੰ ਕਹਿੰਦੇ ਜੋ ਕੁਝ ਹੈਗਾ ਉਹ ਕੱਢ ਦੇ ਤੇ ਮੈਂ ਕਹਿੰਦੇ ਵੀ ਚਾਬੀ ਦੇ ਦਿੱਤੀ ਉਹਨਾਂ ਨੂੰ ਤੇ ਉਹ ਥੋੜੇ ਬਹੁਤੇ ਪੈ ਗਏ ਕਹਿੰਦੇ ਪਰਚੀਆਂ ਦਾ ਦਾ ਦੀਆਂ ਕੋਈ 500-700 ਰੁਪਏ ਹੋਣਾ ਲੈ ਕੇ ਖੜੇ ਆ ਤੇ ਮੈਂ ਸਾਜੀ ਪ੍ਰਸ਼ਾਸਨ ਤੋਂ ਇਹ ਮੰਗ ਕਰਦਾ ਕਿ ਇਹਨਾਂ ਦੀਆਂ ਆਵਾਜ਼ ਤਾਂ ਬਹੁਤ ਹੋ ਰਹੀਆਂ ਕਰਦੀਆਂ ਨੇ ਅੰਦਰ ਇਹਨਾਂ ਦੇ ਸੁਧਾਰ ਨੱਤ ਪਾਈ ਜਾਏ ਉਹ ਰੋਕ ਬੜੇ ਜਾਣਗੇ ਠੀਕ ਹੈ ਬਾਕੀ ਮੈਨੂੰ ਪਛਾਣ ਨਹੀਂ ਹੈਗੀ ਮੈਂ ਵੀ ਕਿਹਦਾ ਨਾਮ ਆਵਾਂ ਕੈਮਰੇ ਵਗੈਰਾ ਸੀਸੀਟੀਵੀ ਕੈਮਰੇ ਉਹ ਕੈਮਰੇ 3000 ਲੱਗ ਲੈ ਗਏ ਠੀਕ ਕਿੰਨੇ ਜਣੇ ਸੀ ਤਿੰਨ ਜਿਹੜੇ ਸੀ ਤਿੰਨਾਂ ਕਰਵਾ ਲਓ ਇਹ ਸਾਡੇ ਦੋਸਤ ਜੀਤ ਕੁਮਾਰ ਦੀ ਗੁਰਦਾਸ ਡੇਰੀ ਹੈ ਰੇਲ ਰੋਡ 'ਤੇ ਇਹ ਰੋਜ਼ ਦੀ ਤਰ੍ਹਾਂ ਸਵੇਰੇ 4 ਵਜੇ ਆਪਣੇ ਕੰਮ ਕਾਜ 'ਤੇ ਆਏ ਨੇ ਅਤੇ ਜੋ ਹਾਲਾਤ ਨੇ ਸਾਰਿਆਂ ਨੂੰ ਪਤਾ ਜੋ ਨਸ਼ਾ ਚੱਲ ਰਿਹਾ ਜੋ ਲੋਕ ਨਸ਼ਾ ਕਰਕੇ ਲੁੱਟਾਂ ਕਰਦੇ ਨੇ ਉਹ ਲੁੱਟ ਦੀ ਨੀਤ ਨਾਲ ਹੀ ਇੱਥੇ ਆਏ ਨੇ ਸਵੇਰੇ 4 ਵਜੇ ਪਲਟੀ ਨੇ ਮੋਟਰਸਾਈਕਲ 'ਤੇ 3 ਆਏ ਨੇ ਮੂੰਹ ਬੰਨ ਕੇ ਉਹਨਾਂ ਨੇ 2 ਫਾਇਰ ਕੀਤੇ ਨੇ ਉਹ 200-400 ਦੀਆਂ ਪਰਚੀਆਂ ਲੁੱਟ ਕੇ ਗਾਂਹ ਗਏ ਨੇ ਪਰਮਾਤਮਾ ਸ਼ੁਕਰ ਇਹਨਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੈਂ ਸਰਕਾਰ ਅੱਗੇ ਬੇਨਤੀ ਕਰਨਾ ਪੁਲਿਸ ਪ੍ਰਸ਼ਾਸਨ ਅੱਗੇ ਕਿ ਇਹੋ ਜਿਹੜੇ ਲੁਟੇਰੇ ਖੋਹ ਵਾਲੇ ਇਹਨਾਂ ਦੇ ਸਖਤ ਨਿਗਰਾਨੀ ਰੱਖ ਕੇ ਇਹਨਾਂ ਨੂੰ ਕਾਨੂੰਨ ਦੇ ਅਦਾਰੇ 'ਚ ਲਿਆ ਕੇ ਅਤੇ ਸਾਨੂੰ ਲੋਕਾਂ ਨੂੰ ਜਿਹੜੇ ਮਾਰਕੀਟ 'ਚ ਦੁਕਾਨਾਂ ਕਰਦੇ ਨੇ ਵਪਾਰੀ ਨੇ ਉਹਨਾਂ ਨੂੰ ਰਾਹਤ ਦਿੱਤੀ ਜਾਏ ਅੱਗੇ ਵੀ ਇੱਕ ਬੜੀ ਤਗੜੀ ਲੁੱਟ ਹੋਈ ਸੀ ਕਾਦੀਆਂ ਸ਼ਹਿਰ 'ਚ ਉਹਦਾ ਵੀ ਅਜੇ ਤੱਕ ਕੋਈ ਨਹੀਂ ਪਤਾ ਲੱਗ ਸਕਿਆ ਮੈਂ ਸਮਝਦਾ ਕਿ ਸਰਕਾਰ ਦੀ ਨਾਕਾਮੀ ਹੈ ਸਰਕਾਰ ਨੂੰ ਪੁਲਿਸ ਪ੍ਰਸ਼ਾਸਨ ਨੂੰ ਇਹਦੇ ਵੱਲ ਖਿਆਲ